ਜਿਹੜੀ ਕਿਸਾਨੀ ਜਿਹਨੂੰ ਇਹ ਨਹੀਂ ਪਤਾ ਸੀ ਕਿ ਝੋਨਾ ਕੀ ਚੀਜ਼ ਹੁੰਦੀ ਹੈ, ਕਿਉਂਕਿ ਸਾਡੇ ਤਾਂ ਝੋਨੇ ਖਾਣ ਵਾਲੇ ਨਹੀਂ, ਆਪਾਂ ਕਦੇ ਕਦੇ ਖੀਰ ਬਣਾ ਲੈਂਦੇ ਸੀ, ਹੋਰ ਤਾਂ ਅਸੀਂ ਖਾਣ ਵਾਲੇ ਨਹੀਂ, ਇਹ ਦੱਖਣ ਵਗੈਰਾ ਦੇ ਵਿੱਚ ਖਾਂਦੇ ਨੇ ਚੌਲ। ਲੇਕਿਨ ਅਸੀਂ ਉਹ ਚੌਲ 4 ਸਾਲਾਂ ਦੇ ਵਿੱਚ ਪੂਰੇ ਪੰਜਾਬ ਨੇ ਚੌਲ ਕਰਕੇ ਪੂਰੇ ਹਿੰਦੁਸਤਾਨ ਨੂੰ ਚੌਲ ਇੱਥੋਂ ਗਏ, ਰੋਟੀ ਦੇ, ਕਣਕ ਸਾਡੇ ਵਿੱਚੋਂ, ਸਾਡੀ ਧਰਤੀ ਤੋਂ, ਸਾਡੇ ਲੋਕਾਂ ਦੀ ਮਿਹਨਤ ਨਾਲ। ਔਰ ਇਹ ਕੌਣ ਸੀ? ਇਹ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਇੱਥੇ ਅੱਜ ਉਹਨਾਂ ਦਾ ਤੁਸੀਂ ਆਹ ਹਾਲ ਬਣਾ ਰਹੇ ਹੋ। ਅਸੀਂ 2% ਦੀ ਧਰਤੀ ਹੈ ਪੰਜਾਬ, ਘੱਟ 2% ਤੋਂ ਘੱਟ ਅਸੀਂ ਲੋਕ ਹੈ, ਲੇਕਿਨ ਅਸੀਂ 50% ਦੇਸ਼ ਦਾ ਭੰਡਾਰ ਭੰਨ ਦਿਆ ਅੰਨ ਨਾਲ। ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅੱਜ ਕਿਉਂ ਇਸ ਗੱਲ 'ਤੇ ਉਤਰੇ ਹੋਏ ਨੇ। ਸਾਰਾ ਪੰਜਾਬ, ਸਾਰਾ ਹਰਿਆਣਾ, ਸਾਰਾ ਹੀ ਇੱਥੇ ਜਿੱਥੇ ਵੀ ਕਿਸਾਨ ਵੱਸਦੇ ਨੇ, ਔਰ 65% ਹਿੰਦੁਸਤਾਨ ਕਿਸਾਨੀ ਦਾ ਹੈ, ਉਹ ਲੋਕ ਸਾਰੇ ਅੱਜ ਇੱਕ ਉੱਠ ਕੇ ਸਾਰਿਆਂ ਨੇ ਇਕੱਠੇ ਹੋ ਜਾਣਾ ਇਸ ਹਕੂਮਤ ਦੇ ਖਿਲਾਫ਼, ਕੋਸ਼ਿਸ਼ ਕਰ ਰਹੇ ਨੇ ਤੋੜਨ ਦੀ। ਕਿਸੇ ਨੂੰ ਬੁਲਾ ਲੈਂਦੇ ਨੇ, ਕਿਸੇ ਹੋਰ ਨੂੰ ਬੁਲਾ ਲੈਂਦੇ ਨੇ, ਕੁਝ ਵਾਅਦੇ ਕਰ ਲੈਂਦੇ ਨੇ, ਲੇਕਿਨ ਜਦੋਂ ਤਾਂ ਇਹ ਕਾਨੂੰਨ ਨਹੀਂ ਬਦਲਦੇ। ਜਿਹੜਾ ਅੱਜ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਹੈ, ਉਹ ਬਦਲਣਗੇ ਨਹੀਂ, ਔਰ ਉਹਦੇ ਵਿੱਚ ਇਹ ਨਹੀਂ ਪਾਉਣਗੇ ਕਿ MSP ਵੀ ਰਹੂ ਔਰ FCI ਵੀ ਰਹੂਗੀ, ਇਹਦਾ ਫਾਇਦਾ ਨਹੀਂ ਕੋਈ, ਇਹਨਾਂ ਦੇ ਵਾਅਦਿਆਂ ਦਾ ਕੋਈ ਫਰਕ, ਕੋਈ ਵਾਅਦੇ ਦਾ ਮਤਲਬ ਨਹੀਂ। ਜਦ ਅੱਜ ਇੱਕ ਦਿਨ ਦੇ ਦੇਣਗੇ ਸਾਨੂੰ, ਹੁਣ ਝੋਨਾ ਆਉਣ ਲੱਗਿਆ, ਫਿਰ ਸ਼ਾਇਦ ਕਣਕ ਦੀ ਦੇ ਦੇਣ, ਉਸ ਤੋਂ ਬਾਅਦ ਕੀ ਹੋਊਗਾ? ਕਾਨੂੰਨ ਬਣਿਆ ਹੋਇਆ ਦੇਸ਼ ਦਾ, ਔਰ ਇਹ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ। ਕੋਵਿਡ ਕੇ ਸਮੇਂ ਇਨ ਤਿੰਨ ਕਾਨੂੰਨੋ ਕੋ ਲਾਗੂ ਕਰਨੇ ਕੀ ਕਿਆ ਜ਼ਰੂਰਤ ਥੀ? ਕਿਆ ਜਲਦੀ ਥੀ? ਠੀਕ ਹੈ, ਆਪਕੋ ਕਾਨੂੰਨ ਲਾਗੂ ਕਰਨੇ ਥੇ ਤੋ ਲੋਕ ਸਭਾ ਰਾਜ ਸਭਾ ਮੇਂ ਬਾਤਚੀਤ ਕਰਤੇ। ਪ੍ਰਧਾਨ ਮੰਤਰੀ ਕਹਤੇ ਹੈ ਕਿ ਕਿਸਾਨੋ ਕੇ ਲਿਏ ਕਾਨੂੰਨ ਬਣਾਏ ਜਾ ਰਹੇ ਹੈ, ਤੋ ਅਗਰ ਕਿਸਾਨੋ ਕੇ ਲਿਏ ਕਾਨੂੰਨ ਬਣਾਏ ਜਾ ਰਹੇ ਹੈ ਤੋ ਫਿਰ ਆਪਨੇ ਲੋਕ ਸਭਾ ਮੇਂ, ਰਾਜ ਸਭਾ ਮੇਂ ਖੁੱਲ ਕੇ ਬਾਤਚੀਤ ਕਿਉਂ ਨਹੀਂ ਕੀ? ਔਰ ਅਗਰ ਕਿਸਾਨ ਇਸ ਕਾਨੂੰਨ ਸੇ ਖੁਸ਼ ਹੈ ਤੋ ਪੂਰੇ ਦੇਸ਼ ਮੇਂ ਕਿਸਾਨ ਅੰਦੋਲਨ ਕਿਉਂ ਕਰ ਰਹਾ ਹੈ? ਪੰਜਾਬ ਕਾ ਹਰ ਕਿਸਾਨ ਅੰਦੋਲਨ ਕਿਉਂ ਕਰ ਰਹਾ ਹੈ? 6 ਸਾਲ ਸੇ ਨਰੇਂਦਰ ਮੋਦੀ ਝੂਠ ਬੋਲ ਰਹੇ ਹੈ। ਨੋਟਬੰਦੀ ਕੀ ਕਹਾ, ਕਾਲਾ ਧਨ ਮਿਟ ਜਾਏਗਾ। GST ਲਾਗੂ ਕੀ, ਛੋਟੇ ਵਿਆਪਾਰੀਓ ਕੋ, ਦੁਕਾਨਦਾਰੋ ਕੋ, ਗਰੀਬ ਲੋਕੋ ਕੋ ਹੱਥ ਖਤਮ ਕੀਆ। ਕੋਵਿਡ ਆਇਆ, ਹਿੰਦੁਸਤਾਨ ਕੇ ਸਬਸੇ ਬੜੇ ਉਦਯੋਗਪਤੀਓ ਕਾ ਕਰਜ਼ਾ ਮਾਫ ਕੀਆ, ਉਨਕਾ ਟੈਕਸ ਮਾਫ ਕੀਆ, ਮਗਰ ਗਰੀਬੋ ਕੋ, ਕਿਸਾਨੋ ਕੋ ਕੋਈ ਵੀ ਮਦਦ ਨਹੀਂ ਦੀ, ਇੱਕ ਰੁਪਿਆ ਤੱਕ ਨਹੀਂ ਦਿਆ। ਭਾਈ ਔਰ ਬਹਿਨੋ, ਇਹ ਮੋਦੀ ਸਰਕਾਰ ਨਹੀਂ ਹੈ, ਇਹ ਅਦਾਨੀ ਔਰ ਅੰਬਾਨੀ ਕੀ ਸਰਕਾਰ ਹੈ। ਨਰੇਂਦਰ ਮੋਦੀ ਜੀ ਕੋ ਅੰਬਾਨੀ ਔਰ ਅਦਾਨੀ ਚਲਾਤੇ ਹੈ, ਨਰੇਂਦਰ ਮੋਦੀ ਜੀ ਕੋ ਅੰਬਾਨੀ ਔਰ ਅਦਾਨੀ ਜੀਵਨ ਦੇਤੇ ਹੈ। ਕੈਸੇ? ਮੀਡੀਆ ਮੇ ਨਰੇਂਦਰ ਮੋਦੀ ਜੀ ਕਾ ਚਿਹਰਾ ਦਿਖਾ ਕੇ 24 ਘੰਟੇ, ਸੀਧਾ ਤਾਂ ਰਿਸ਼ਤਾ ਹੈ,
नरेंद्र मोदी जी इनके लिए जमीन साफ करते हैं और ये पूरा का पूरा समर्थन नरेंद्र मोदी जी को मीडिया में देते हैं। मैं स्टेज से पंजाब के किसानों को पूरा का पूरा समर्थन देना चाहता हूं। आप आंदोलन कर रहे हो, बिल्कुल सही कर रहे हो, और मैं और कांग्रेस पार्टी आपके साथ खड़े होंगे और मिलकर इन कानूनों को बदलने का काम करेंगे।